ਸਿੱਖਾਂ ਨੇ ਦਿੱਲੀ ਦੇ ਉੱਤੇ ਨਿਸ਼ਾਨ ਸਾਹਿਬ ਲਾਇਆ ਪੂਰੀ ਵੀਡੀਓ ਦੇਖੋ ਅੱਜ ਦੀ ਵੀਡੀਓ ਬੜੀ ਜ਼ਿਆਦਾ ਇੰਟਰਸਟਿੰਗ ਦਾ ਇੱਕ ਤਾਂ ਦੀਪ ਸਿੱਧੂ ਨੇ ਵੀ ਲਾਇਆ ਨਾ ਖੈਰ ਫਿਰ ਇਹਦਾ ਆਪਾਂ ਵੀਡੀਓ ਦੇ ਦਿੰਨੇ ਆ ਫਿਰ ਆਪਾਂ ਗੱਲਬਾਤ ਕਰਨੇ ਦਿੱਲੀ ਦੇ ਲਾਲ ਕਿਲੇ ਦਾ ਉਹ ਤਖਤ ਜਿੱਥੇ ਬੈਠ ਕੇ ਹੰਕਾਰੀ ਮੁਗਲ ਰਾਜੇ ਸਿੱਖਾਂ ਖਿਲਾਫ ਫਰਮਾਨ ਜਾਰੀ ਕਰਦੇ ਸੀ ਕਿਵੇਂ ਸਿੱਖਾਂ ਨੇ ਉਖਾੜ ਕੇ ਸਿੱਟ ਦਿੱਤਾ ਉਹ ਤਖਤ ਕਿਵੇਂ ਸਿੱਖਾਂ ਨੇ ਦਿੱਲੀ ਜਿੱਤੀ ਸਿੱਖਾਂ ਤੋਂ ਜਾਨ ਬਚਾਉਂਦਾ ਮੁਗਲ ਬਾਦਸ਼ਾ ਕਿਵੇਂ ਲਾਲ ਕਿਲਾ ਛੱਡ ਕੇ ਭੱਜਿਆ 1765 ਤੋਂ 1787 ਤੱਕ 15 ਵਾਰ ਸਿੱਖਾਂ ਨੇ ਦਿੱਲੀ ਜਿੱਤੀ ਜਿਹੜੇ ਤਖਤ ਪਿੱਛੇ ਸਦੀਆਂ ਤੋਂ ਲੜਾਈਆਂ ਹੁੰਦੀਆਂ ਆ ਰਹੀਆਂ ਸੀ ਮੁਗਲ ਆਪ ਦੇ ਸਕੇ ਭਰਾ ਤੇ ਪਿਓ ਨੂੰ ਵੀ ਮਾਰ ਦਿੰਦੇ ਸੀ ਸਿੱਖ ਉਹ ਤਖਤ ਨੂੰ ਜਿੱਤ ਕੇ ਠੋਕਰ ਮਾਰ ਕੇ ਛੱਡ ਆਏ ਸੀ ਅੱਜ ਗੱਲ ਕਰਾਂਗੇ ਕਿਵੇਂ ਸਿੱਖਾਂ ਨੇ ਦਿੱਲੀ ਜਿੱਤੀ ਇਹਦਾ ਪੂਰਾ ਇਤਿਹਾਸ ਤੁਹਾਨੂੰ ਦੱਸਾਂਗਾ ਜੇ ਲਾਲ ਕਿਲੇ ਦੀ ਜਿੱਤ ਨੂੰ ਆਪਾਂ ਪੂਰਾ ਸਮਝਣਾ ਤਾਂ ਆਪਾਂ ਨੂੰ ਥੋੜਾ ਪਿੱਛੇ ਜਾਣਾ ਪੈਣਾ ਗੱਲ ਹੈਗੀ ਐ ਇਹ 18ਵੀਂ ਸਦੀ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਕਾਲਾ ਦੌਰ ਸ਼ੁਰੂ ਹੋ ਜਾਂਦਾ ਘਰਾਂ ਚੋਂ ਚੱਕ-ਚੱਕ ਕੇ ਸਿੱਖਾਂ ਨੂੰ ਮਾਰਿਆ ਜਾਂਦਾ ਹੈ ਉਸ ਤੋਂ ਬਾਅਦ ਆਉਂਦਾ ਹੈ ਫਿਰ ਅਬਦਾਲੀ ਅਬਦਾਲੀ ਸਿੱਖ ਕੌਮ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੂੰ ਖਤਮ ਕਰ ਦਿੰਦਾ ਹੈ ਟਾਈਮ ਲੰਘਦਾ ਜਾਂਦਾ ਹੈ ਨਾ ਤਾਂ ਸਿੱਖ ਮਰਨੋਂ ਡਰਦੇ ਨੇ ਤੇ ਨਾ ਹੀ ਸਿੱਖ ਲੜਨੋਂ ਹਟਦੇ ਨੇ ਸਿੱਖ ਹੁਣ ਮਜਬੂਤ ਹੋਣਾ ਸ਼ੁਰੂ ਹੋ ਗਏ ਅਬਦਾਲੀ ਵਰਗਿਆਂ ਨੂੰ ਸਿੱਖਾਂ ਨੇ ਭਾਜਣਾ ਪਾਉਣੀਆਂ ਸਟਾਰਟ ਕਰਤੀਆਂ ਸਿੱਖਾਂ ਨੇ ਆਪਣੀਆਂ 11 ਮਿਸਲਾਂ ਬਣਾ ਲੀਆਂ ਤੇ 11 ਮਿਸਲਾਂ ਨੇ ਪੰਜਾਬ ਦੇ ਅੱਢ ਅੱਡ ਇਲਾਕੇ ਆਪਦੇ ਅਧੀਨ ਕਰਨੇ ਸ਼ੁਰੂ ਕਰਤੇ ਹੁਣ ਪੰਜਾਬ ਤੋਂ ਬਾਹਰ ਸਿੱਖ ਆਪਣੇ ਪੈਰ ਪਸਾਰਨ ਲੱਗੇ ਜਿੱਤ ਦੇ ਜਿੱਤ ਦੇ ਸਿੱਖ ਪਹੁੰਚ ਗਏ ਗੰਗਾ ਯਮਨਾ ਤੱਕ ਬਾਬਾ ਬਘੇਲ ਸਿੰਘ ਜੀ ਦੀ ਮਿਸਲ ਕਰੋੜ ਸਿੰਘੀਆ ਮਿਸਲ ਦੇ ਅੰਡਰ ਇਹ ਸਾਰਾ ਅੰਬਾਲਾ ਕਰਨਾਲ ਸਹਾਰਨਪੁਰ ਅਬਦ ਤੱਕ ਦੇ ਇਲਾਕੇ ਇਹਨਾਂ ਦੇ ਅੰਡਰ ਆਉਂਦੇ ਸੀ ਜਿਹੜੇ ਦਿੱਲੀ ਦੇ ਨੇੜੇ ਲੱਗਦੇ ਸੀਗੇ ਦਿੱਲੀ ਸਿੱਖਾਂ ਨੇ 1735 ਤੋਂ ਲੈ ਕੇ 1788 ਤੱਕ 15 ਵਾਰ ਜਿੱਤੀ ਆ ਬਾਬਾ ਬਘੇਲ ਸਿੰਘ ਨੇ ਦਿੱਲੀ ਤੇ ਪਹਿਲਾ ਹਮਲਾ 1744 ਚ ਕੀਤਾ ਤੇ ਦੂਜਾ 1745 ਚ ਲਾਲ ਕਿਲਾ ਫਤਿਹ ਕਰਨ ਤੋਂ 9 ਸਾਲ ਪਹਿਲਾਂ ਹੁਣ ਸਿੱਖਾਂ ਦੀ ਅੱਖ ਦਿੱਲੀ ਤੋਂ ਬਾਅਦ ਸੀਗੀ ਲਾਲ ਕਿਲੇ ਤੇ ਲਾਲ ਕਿਲਾ ਉਹੀ ਜੇ ਤੰਸੇਖਾਂ ਦੇ ਖਿਲਾਫ ਪਰਮਾਨ ਜਾਰੀ ਹੁੰਦੇ ਰਹੇ ਨੇ ਸਦੀਆਂ ਤੋਂ ਪਰ ਸਿੱਖ ਇਹ ਰੇਸ ਚ ਇਕੱਲੇ ਨਹੀਂ ਸੀਗੇ ਮਰਾਠੇ ਵੀ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦੇ ਸੀਗੇ ਅੰਗਰੇਜ਼ ਵੀ ਹੁਣ ਆਪਦੇ ਪੈਰ ਭਾਰਤ ਚ ਪਸਾਰਨ ਲੱਗੇ ਸੀਗੇ ਬੰਗਾਲ ਉੜੀਸਾ ਬਿਹਾਰ ਜਿੱਤਣ ਤੋਂ ਬਾਅਦ ਅੰਗਰੇਜ਼ਾਂ ਦੀ ਨਿਗਾਹ ਹੁਣ ਸੀਗੀ ਦਿੱਲੀ ਤੇ ਬੱਬਾ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨਾਲ ਇੱਕ ਮੀਟਿੰਗ ਕਰਦੇ ਨੇ ਤੇ 4 ਫਰਵਰੀ 1783 ਨੂੰ ਘੋੜਿਆਂ ਤੇ ਹਾਥੀਆਂ ਨਾਲ ਲੱਦੀ ਹੋਈ 60 ਹਜ਼ਾਰ ਦੀ ਖਾਲਸਾ ਫੌਜ ਦਿੱਲੀ ਤੇ ਹਮਲਾ ਕਰ ਦਿੰਦੀ ਆ ਸਰਹੰਦ ਤੋਂ ਚੱਲਦੇ ਨੇ 9 ਮਾਰਚ ਨੂੰ ਸਿੱਖ ਪਹੁੰਚ ਜਾਂਦੇ ਨੇ ਦਿੱਲੀ ਤੇ ਉਦੋਂ ਤੱਕ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਆਪਣੀ ਫੌਜ ਲੈ ਕੇ ਇਹਨਾਂ ਦੇ ਨਾਲ ਮਿਲ ਜਾਂਦੇ ਨੇ ਉਦੋਂ ਦਾ ਦਿੱਲੀ ਦਾ ਮੁਗਲ ਬਾਦਸ਼ਾਹ ਸੀਗਾ ਸ਼ਾਹ ਆलम ਦੂਜਾ ਉਹਨੂੰ ਜਦ ਪਤਾ ਲੱਗਦਾ ਹੈ ਕਿ ਸਿੱਖ ਮੇਰੇ ਕਿਲੇ ਨੂੰ ਘੇਰਨ ਆ ਰਹੇ ਨੇ ਤਾਂ ਉਹ ਕਿਲੇ ਨੂੰ ਜਾਂਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੰਦਾ ਹੁਣ ਮੋਟੀਆਂ-ਮੋਟੀਆਂ ਕਿਲੇ ਦੀਆਂ ਕੰਧਾਂ ਤੇ ਦਰਵਾਜ਼ੇ ਵੀ ਸਾਰੇ ਬੰਦ ਉੱਤੇ ਲੱਗੇ ਹੋਏ ਨੇ ਸੈਨਿਕ ਸਿੱਖਾਂ ਵਾਸਤੇ ਕਿਲੇ 'ਚ ਦਾਖਲ ਹੋਣਾ ਇੱਕ ਵੱਡੀ ਚੁਣੌਤੀ ਬਣ ਜਾਂਦਾ ਹੈ। ਬਾਬਾ ਬਘੇਲ ਸਿੰਘ ਆਪਣੀ ਫੌਜ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੰਦੇ ਨੇ। 5000 ਫੌਜ ਰੋਕਦੇ ਨੇ ਮਜਨੂ ਕੇ ਟਿੱਲੇ ਵਾਲੀ ਜਗ੍ਹਾ ਤੇ ਤੇ 5000 ਫੌਜ ਇੱਕ ਦਾਣਾ ਮੰਡੀ 'ਚ ਰੋਕੀ ਜਾਂਦੀ ਆ। ਜਿੱਥੇ 30000 ਉਹਨਾਂ ਦੀ ਫੌਜ ਰੁਕੀ ਸੀਗੀ ਉਹ ਜਗ੍ਹਾ ਨੂੰ ਅੱਜ 30 ਹਜ਼ਾਰੀ ਕੋਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਚੁਣੌਤੀ ਸਿੱਖਾਂ ਕੋਲ ਸੀਗੀ ਕੇ ਅੰਦਰ ਜਾਣ ਦਾ ਕੋਈ ਰਾਹ ਨਹੀਂ ਸੀਗਾ। ਬਾਬਾ ਬਘੇਲ ਸਿੰਘ ਨੇ ਦਿੱਲੀ ਦੇ ਆਲੇ ਦੁਆਲੇ ਦੇ ਇਲਾਕੇ ਪਹਿਲਾਂ ਹੀ ਜਿੱਤੇ ਹੋਏ ਸੀਗੇ ਸਾਰੇ। ਭੇਤੀ ਸੀਗੇ ਦਿੱਲੀ ਦੇ ਉਹ। ਇਸ ਕਰਕੇ ਉਹਨਾਂ ਨੂੰ ਇੱਥੋਂ ਦੀਆਂ ਕਮਜ਼ੋਰੀਆਂ ਦਾ ਵੀ ਪਤਾ ਸੀਗਾ। ਇੱਕ ਖਬਰੀ ਨੂੰ ਲੱਭਿਆ ਜਾਂਦਾ ਹੈ। ਖਬਰੀ ਫਿਰ ਦੱਸਦਾ ਹੈ ਕਿ ਕਿਲੇ ਦੀ ਕੰਦ ਇੱਥੋਂ ਹੀ ਉਹ ਅੰਦਰੋਂ ਖੋਖਲੀ ਆ ਬਿਲਕੁਲ। ਬਾਹਰੋਂ ਹੀ ਇਹ ਮਜ਼ਬੂਤ ਦਿਖ ਰਹੀ ਆ। ਤਾਂ ਫਿਰ ਸਿੱਖ ਕੀ ਕਰਦੇ ਨੇ? ਇੱਕ ਵੱਡਾ ਦਰਖਤ ਪਾਟਦੇ ਨੇ। ਉਹਨੂੰ ਅੱਗੇ ਤਿੱਖਾ ਕੀਤਾ ਜਾਂਦਾ। ਉਹਨੂੰ ਬਾਰ-ਬਾਰ ਫਿਰ ਕੰਦ ਚ ਮਾਰਿਆ ਜਾਂਦਾ ਤੇ ਕੰਦ ਚ ਇੱਕ ਵੱਡੀ ਮੋਰੀ ਕਰ ਲਈ ਜਾਂਦੀ ਆ ਉਹ ਮੋਰੀ ਰਾਹੀਂ ਸਿੱਖ ਲਾਲ ਕਿਲੇ ਚ ਦਾਖਲ ਹੋ ਜਾਂਦੇ ਨੇ ਉਹ ਮੋਰੀ ਫਿਰ ਬਾਅਦ ਚ ਬੰਦ ਨਹੀਂ ਕੀਤੀ ਜਾਂਦੀ ਉੱਥੇ ਇੱਕ ਗੇਟ ਬਣਾ ਦਿੱਤਾ ਜਾਂਦਾ ਜਿਹਨੂੰ ਅੱਜ ਵੀ ਮੋਰੀ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇ ਤੁਸੀਂ ਕਦੇ ਦਿੱਲੀ ਜਾਓ ਆਈਐਸਪੀਟੀ ਜਿਹੜਾ ਬੱਸ ਸਟੈਂਡ ਆ ਉਹਦੇ ਨੇੜੇ ਮੋਰੀ ਗੇਟ ਇਹ ਸਿੱਖਾਂ ਦੀ ਜਿੱਤ ਦੀ ਅੱਜ ਵੀ ਗਵਾਹੀ ਪਰਦਾ ਹੈ ਸਿੱਖ ਹੁਣ ਦਾਖਲ ਹੋ ਜਾਂਦੇ ਨੇ ਲਾਲ ਕਿਲੇ 11 ਮਾਰਚ 1783 ਨੂੰ ਸਿੱਖ ਲਾਲ ਕਿਲੇ ਦੇ ਅੰਦਰ ਦਾਖਲ ਹੋ ਜਾਂਦੇ ਨੇ ਦਿੱਲੀ ਦੇ ਤਖਤ ਤੇ ਸਿੱਖਾਂ ਦਾ ਕਬਜ਼ਾ ਹੋ ਜਾਂਦਾ ਹੈ ਉਹੀ ਤਖਤ ਜਿੱਥੇ ਬੈਠ ਕੇ ਮੁਗਲ ਰਾਜਿਆਂ ਨੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦੇ ਪਰਮਾਨਾਮੇ ਜਾਰੀ ਕੀਤੇ ਸੀ ਉਹੀ ਤਖਤ ਜਿੱਥੇ ਬੈਠਾ ਹੰਕਾਰੀ ਔਰੰਗਜ਼ੇਬ ਨਿਤ ਆਪਣੀਆਂ ਫੌਜਾਂ ਨੂੰ ਆਨੰਦਪੁਰ ਤੇ ਹਮਲਾ ਕਰ ਲਈ ਭੇਜ ਦਿੰਦਾ ਸੀ ਉਹੀ ਤਖਤ ਦੀਆਂ ਚਾਲਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਇਸੇ ਤਖਤ ਤੇ ਬੈਠ ਕੇ ਹੀ ਬੰਦਾ ਸਿੰਘ ਬਹਾਦਰ ਤੇ ਉਹਦੇ 4 ਸਾਲਾ ਪੁੱਤਰ ਦੀ ਸ਼ਹੀਦੀ ਦੇ ਫਰਮਾਨ ਸੁਣਾਏ ਗਏ ਇਹ ਹੰਕਾਰੀ ਤਖਤ ਅੱਜ ਸਿੱਖਾਂ ਦੇ ਪੈਰਾਂ ਹੇਠ ਸੀਗਾ ਤਖਤ ਹੁਣ ਜਿੱਤ ਲਿਆ ਗਿਆ ਤੇ ਗੱਲ ਚੱਲਦੀ ਆ ਕਿ ਹੁਣ ਰਾਜਾ ਕਿਹਨੂੰ ਬਣਾਇਆ ਜਾਵੇ ਤਾਂ ਸਾਰੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਦਾ ਨਾਮ ਲੈਂਦੇ ਨੇ ਕਿਉਂਕਿ ਉਹ ਬਹੁਤ ਸੀਨੀਅਰ ਸੀਗੇ ਪਰ ਇਹ ਗੁਰੂ ਦਾ ਮਹਾਨ ਸਿੱਖ ਉਹ ਤਖਤ ਨੂੰ ਇਹ ਕਹਿ ਕੇ ਠੋਕਰ ਮਾਰ ਦਿੰਦਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੱਲੇ-ਕੱਲੇ ਸਿੱਖ ਨੂੰ ਬਾਦਸ਼ਾਹ ਬਣਾਇਆ ਹੈ ਕਿ ਇਹ ਤਖਤ ਸਾਨੂੰ ਕੀ ਬਾਦਸ਼ਾਹ ਬਣਾਊਗਾ ਇਹ ਵੀ ਆਪਦੇ ਆਪ ਚ ਇੱਕ ਇਤਿਹਾਸ ਸੀਗਾ ਜਿਹੜੇ ਤਖਤ ਪਿੱਛੇ ਸਦੀਆਂ ਤੋਂ ਲੜਾਈਆਂ ਹੁੰਦੀਆਂ ਆ ਰਹੀਆਂ ਸੀ ਮੁਗਲ ਰਾਜੇ ਇਹ ਤਖਤ ਤੇ ਬੈਠਣ ਲਈ ਆਪਦੇ ਸਕੇ ਭਰਾਵਾਂ ਤੇ ਪਿਓ ਨੂੰ ਮਾਰ ਦਿੰਦੇ ਸੀ ਸਿੱਖਾਂ ਨੇ ਉਹ ਤਖਤ ਜਿੱਤ ਕੇ ਹੀ ਠੋਕਰ ਮਾਰ ਦਿੱਤੀ ਹੁਣ ਇਹਦੇ ਬਾਰੇ ਕੁਝ ਇਤਿਹਾਸਕਾਰਾਂ ਦਾ ਇਹ ਵੀ ਮਤ ਹੈਗਾ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਸ ਤਖਤ ਤੇ ਬੈਠੇ ਸੀਗੇ ਤੇ ਉਹਨਾਂ ਨੂੰ ਰਾਜਾ ਐਲਾਨ ਦਿੱਤਾ ਗਿਆ ਸੀਗਾ ਤੇ ਹੁਣ ਜਿਹੜਾ ਸ਼ਾਹ ਆ আলম ਸੀਗਾ ਉਹਨੂੰ ਭਜਣਾ ਪਈਆਂ ਹੋਈਆਂ ਸੀ ਇਸ ਗੱਲ ਤੋਂ ਉਹ ਲੜਦਾ ਸਕਦਾ ਨਹੀਂ ਸੀਗਾ ਸਿੱਖਾਂ ਦੇ ਖਿਲਾਫ ਫਿਰ ਉਹਨੇ ਕੀ ਚਾਲ ਖੇਡੀ ਉਹਨੇ ਬੇਗਮ ਸਮਰੂ ਸੀਗੀ ਇੱਕ ਬੇਗਮ ਸਮਰੂ ਨੂੰ ਸਿੱਖਾਂ ਕੋਲ ਭੇਜਿਆ ਬੇਗਮ ਸਮਰੂ ਹੁਣ ਕੌਣ ਸੀਗੀ ਬੇਗਮ ਸਮਰੂ ਇੱਕ ਅੰਗਰੇਜ਼ ਵਪਾਰੀ ਸੈਨਿਕ ਦੀ ਘਰਵਾਲੀ ਸੀਗੀ ਜਦੋਂ ਉਹ ਮਰ ਗਿਆ ਉਹਦੇ ਘਰ ਵਾਲਾ ਤਾਂ ਉਹਨੇ ਕੀ ਕੀਤਾ ਉਹਨੇ ਮੁਗਲਾਂ ਨਾਲ ਵੀ ਬਹੁਤ ਵਧੀਆ ਬਣਾਈ ਰੱਖੀ ਤੇ ਉਹਨੇ ਸਭ ਨਾਲ ਵਧੀਆ ਬਣਾ ਕੇ ਰੱਖੀ ਕਈ ਇਲਾਕਿਆਂ ਤੇ ਉਹ ਰਾਜ ਕਰਦੀ ਸੀਗੀ ਬਾਬਾ ਬਘੇਲ ਸਿੰਘ ਨੇ ਉਹਦੀ ਜਾਨ ਬਚਾਈ ਸੀਗੀ ਇੱਕ ਵਾਰ ਉਦੋਂ ਤੋਂ ਹੀ ਉਹ ਬਾਬਾ ਬਘੇਲ ਸਿੰਘ ਨੂੰ ਧਰਮ ਦਾ ਭਰਾ ਮੰਨਦੀ ਸੀਗੀ ਬੀਗਮ ਸਮਰੂ ਨੂੰ ਭੇਜਿਆ ਗਿਆ ਬਾਬਾ ਬਘੇਲ ਸਿੰਘ ਕੋਲ ਸੰਧੀ ਕਰਨ ਵਾਸਤੇ ਦੋ ਸ਼ਰਤਾਂ ਉਹ ਲੈ ਕੇ ਆਉਂਦੀ ਆ ਇੱਕ ਤਾਂ ਉਹ ਕਹਿੰਦੀ ਆ ਵੀ ਸ਼ਾਹ ਆलम ਜਿਹੜਾ ਬਾਦਸ਼ਾਹ ਏ ਇਹਨੂੰ ਮਾਰਿਓ ਨਾ ਦੂਜਾ ਉਹ ਕਹਿੰਦੀ ਆ ਕਿ ਇਹਨੂੰ ਹੀ ਤਖਤ ਤੇ ਬੈਠਾ ਰਹਿਣ ਦਿਓ ਕਿ ਤੁਸੀਂ ਵਾਪਸ ਮੁੜ ਜਾਓ ਹੁਣ ਇੱਥੇ ਜੇ ਕੋਈ ਹੋਰ ਹੁੰਦਾ ਤਾਂ ਉਹ ਤਖਤ ਛੱਡਦਾ ਜੇ ਤਖਤ ਛੱਡਦਾ ਵੀ ਤਾਂ ਉਹ ਕਹੇ ਜੀਆਂ ਸ਼ਰਤਾਂ ਦੇ ਛੱਡਦਾ ਹੁਣ ਇੱਥੇ ਗੁਰੂ ਦੇ ਸਿੱਖ ਦੇਖਿਓ ਕਿ ਇਹਨਾਂ ਨੇ ਕਹੇ ਜੀਆਂ ਸ਼ਰਤਾਂ ਰੱਖੀਆਂ ਬਾਬਾ ਬਘੇਲ ਸਿੰਘ ਉਹ ਕਹਿੰਦੇ ਕੋਈ ਗੱਲ ਨਹੀਂ ਠੀਕ ਆ ਅਸੀਂ ਨਹੀਂ ਮਾਰਦੇ ਇਹਨੂੰ ਚਲੋ ਤਖਤ ਵੀ ਅਸੀਂ ਇਹਨੂੰ ਦੇ ਦਾਂਗੇ ਪਰ ਸਾਡੀਆਂ ਚਾਰ ਸ਼ਰਤਾਂ ਨੇ ਚਾਰ ਸ਼ਰਤਾਂ ਹੁਣ ਕਿਹੜੀਆਂ ਸੀਗੀਆਂ ਪਹਿਲੀ ਸ਼ਰਤ ਹੁਣ ਉਹਨਾਂ ਨੇ ਰੱਖੀ ਵੀ ਜਿੰਨੇ ਵੀ ਸਿੱਖ ਧਰਮ ਨਾਲ ਸੰਬੰਧਿਤ ਸਥਾਨ ਨੇ ਜਿੱਥੇ ਗੁਰੂ ਸਾਹਿਬ ਆਏ ਨੇ ਜਿੱਥੇ ਸ਼ਹੀਦੀਆਂ ਹੋਈਆਂ ਨੇ ਉਹ ਸਾਰੇ ਸਿੱਖਾਂ ਦੇ ਹਵਾਲੇ ਕਰ ਦਿੱਤੇ ਜਾਣ ਦੂਜੀ ਸ਼ਰਤ ਰੱਖੀ ਕਿ ਉਹ ਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਸਿੱਖ ਉਥੇ ਆਪਣੇ ਗੁਰੂ ਘਰ ਉਸਾਰਨਗੇ ਤੇ ਇਹਦੇ ਵਿੱਚ ਕੋਈ ਰੋਕ-ਟੋਕ ਨਾ ਕੀਤੀ ਜਾਵੇ ਤੀਸਰੀ ਸ਼ਰਤ ਰੱਖੀ ਗਈ ਕਿ ਦਿੱਲੀ ਦੀ ਕਤਬਾਲੀ ਸਿੱਖਾਂ ਦੇ ਹਵਾਲੇ ਕੀਤੀ ਜਾਵੇ ਤੇ ਦਿੱਲੀ ਦਾ maal ਵੇਚ ਕੇ ਜਿੰਨੀ ਵੀ ਚੁੰਗੀ ਵਸੂਲ ਕੀਤੀ ਜਾਂਦੀ ਆ ਉਹਦੇ ਚੋਂ 37.5% ਹਿੱਸਾ ਸਿੱਖਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਪੈਸੇ ਦੇ ਗੁਰੂ ਘਰ ਉਸਾਰੇ ਜਾਣ ਤੇ ਸਿੱਖ ਜਿਹੜੀਆਂ ਫੌਜਾਂ ਨੇ ਉਹਨਾਂ ਦਾ ਖਰਚਾ ਪਾਣੀ ਚੱਲ ਸਕੇ ਚੌਥੀ ਸ਼ਰਤ ਰੱਖੀ ਗਈ ਕਿ ਜਿੰਨਾ ਚਿਰ ਗੁਰੂ ਘਰਾਂ ਦੀ ਉਸਾਰੀ ਪੂਰੀ ਨਹੀਂ ਹੁੰਦੀ 4000 ਫੌਜ ਨਾਲ ਬਾਬਾ ਬਘੇਲ ਸਿੰਘ ਦਿੱਲੀ 'ਚ ਹੀ ਰਹਿਣਗੇ ਸਿੱਖਾਂ ਦੀਆਂ ਸ਼ਰਤਾਂ ਪਹਿਲੇ ਬੋਲ 'ਚ ਹੀ ਮੰਨ ਲਈਆਂ ਗਈਆਂ ਸਾਰੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਆਗੂ ਆਪਣੀਆਂ ਫੌਜਾਂ ਨਾਲ ਦਿੱਲੀ ਤੋਂ ਪੰਜਾਬ ਨੂੰ ਆਉਣ ਦੀ ਤਿਆਰੀ ਕਰਨ ਲੱਗ ਜਾਂਦੇ ਨੇ ਪਰ ਸਰਦਾਰ ਜੱਸਾ ਸਿੰਘ ਰਾਮਗੜੀਆ ਕਹਿੰਦੇ ਵੀ ਐਂ ਤਾਂ ਨਹੀਂ ਜਾਣਾ ਵਾਪਸ ਕਹਿੰਦੇ ਸਿੱਖਾਂ ਦਾ ਵੈਰੀ ਜਿਹੜਾ ਰਿਹਾ ਤਖਤ ਇਹਨੂੰ ਉਖਾੜ ਕੇ ਨਾਂ ਲੈ ਕੇ ਜਾਵਾਂਗੇ ਤਾਂ ਕਿਸੇ ਟਾਈਮ ਤੇ ਏਸ਼ੀਆ ਦਾ ਸਭ ਤੋਂ ਤਾਕਤਵਰ ਤਖਤ ਰਿਹਾ ਜਿਹੜਾ ਤਖਤੇ ਤਾਉਸ ਸਿੱਖ ਉਹਦੀ ਸਿੱਲ ਪੱਟ ਲਿਆ ਏ ਤੇ ਉਹ ਰੱਖਤੀ ਲਿਆ ਕੇ ਗੁਰੂ ਸਾਹਿਬ ਦੇ ਚਰਨਾ ਚ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਉਹ ਤਖਤ ਦੀ ਸਿੱਲ ਅੱਜ ਵੀ ਰਾਮਗੜੀਆ ਬੁੰਗੇ ਚ ਪਈਆ ਤੁਸੀਂ ਦੇਖ ਸਕਦੇ ਹੋ ਦਿੱਲੀ ਚ ਗੁਰੂ ਘਰ ਬਣਾਉਣਾ ਵੀ ਕੋਈ ਸੌਖਾ ਕੰਮ ਨਹੀਂ ਸੀਗਾ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਜਿੱਥੇ ਉਹਨਾਂ ਦੇ ਪਵਿੱਤਰ ਧੜ ਦਾ ਸੰਸਕਾਰ ਕੀਤਾ ਗਿਆ ਬਾਬਾ ਬਘੇਲ ਸਿੰਘ ਨੇ ਪੁਰਾਣੇ ਬਜ਼ੁਰਗ ਲੱਭ ਕੇ ਉਹਨਾਂ ਸਥਾਨਾਂ ਦੀ ਨਿਸ਼ਾਨਦੇਹੀ ਕਰਾਈ ਤੇ ਬੜੀ ਰਿਸਰਚ ਤੋਂ ਬਾਅਦ ਦਿੱਲੀ ਚ ਸਤ ਗੁਰੂ ਘਰਾਂ ਦੀ ਉਹ ਸਾਰੀ ਕਰਵਾਈ ਗਈ ਗੁਰਦੁਆਰਾ ਸ਼ੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਗੁਰਦੁਆਰਾ ਰਕਾਬ ਗੰਜ ਸਾਹਿਬ ਜਿੱਥੇ ਪਈ ਲੱਖੀ ਸ਼ਾਹ ਬੰਜਾਰੇ ਦਾ ਕਰ ਹੁੰਦਾ ਸੀ ਤੇ ਆਪਣੇ ਘਰ ਨੂੰ ਅੱਗ ਲਗਾ ਕੇ ਉਹਨਾਂ ਨੇ ਗੁਰੂ ਸਾਹਿਬ ਦੇ ਪਵਿੱਤਰ ਧੜ ਦਾ ਸੰਸਕਾਰ ਕੀਤਾ ਗੁਰਦੁਆਰਾ ਮਜਨੂ ਕਾ ਟਿੱਲਾ ਜਿੱਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਸੀਗੇ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੈਪੁਰ ਦੇ ਇੱਕ ਰਾਜੇ ਦੇ ਬੰਗਲੇ 'ਚ ਰੁਕੇ ਤੇ ਰੋਗੀਆਂ ਦੇ ਰੋਗ ਦੂਰ ਕੀਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਦਿੱਲੀ ਆਏ ਸੀ ਉਸ ਸਥਾਨ ਤੇ ਰੁਕੇ ਸੀਗੇ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਯਮਨਾ ਨਦੀ ਦੇ ਕਿਨਾਰੇ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਾਤਾ ਸੁੰਦਰੀ ਤੇ ਉਹਨਾਂ ਦੇ ਗੋਦ ਲੈੇ ਬੇਟੇ ਸਾਹਿਬ ਸਿੰਘ ਤੇ ਮਾਤਾ ਸਾਹਿਬਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਸਾਰੇ ਗੁਰੂ ਘਰਾਂ ਦੀ ਉਸਾਰੀ ਤਕਰੀਬਨ 9 ਮਹੀਨਿਆਂ ਚ ਪੂਰੀ ਹੋ ਜਾਂਦੀ ਹੈ ਤੇ 9 ਮਹੀਨੇ ਸਿੱਖਾਂ ਦਾ ਦਿੱਲੀ ਤੇ ਰਾਜ ਰਹਾ ਸਿੱਖਾਂ ਦੇ ਰਾਜ ਚ ਉਥੋਂ ਦੇ ਲੋਕ ਬਹੁਤ ਜ਼ਿਆਦਾ ਖੁਸ਼ ਤੇ ਸੁਖੀ ਹੋ ਗਏ ਸੀਗੇ ਸਿੱਖਾਂ ਦੇ ਘੋੜੇ ਸੜਕਾਂ ਤੇ ਆਮ ਗਸ਼ਤ ਕਰਦੇ ਦੇਖੇ ਜਾਂਦੇ ਸੀਗੇ ਚੋਰ ਲਟੇਰੇ ਘਟ ਹੋ ਗਏ ਸੀਗੇ ਤੇ ਜਿਹੜੀ ਚੁੰਗੀ ਸਿੱਖਾਂ ਨੂੰ ਮਿਲਦੀ ਸੀਗੀ 37% ਉਹ ਪੰਜਾਬ ਆਉਣ ਤੋਂ ਬਾਅਦ ਵੀ ਬਾਬਾ ਬਘੇਲ ਸਿੰਘ ਨੂੰ ਉਹਨਾਂ ਦੇ ਅਕਾਲ ਚਲਾਣੇ ਤੱਕ ਮਿਲਦੀ ਰਹੀ ਜਦੋਂ ਬਾਬਾ ਬਘੇਲ ਸਿੰਘ ਦਿੱਲੀ ਤੋਂ ਪੰਜਾਬ ਨੂੰ ਵਾਪਸ ਆਉਣ ਲੱਗੇ ਤਾਂ ਬਾਦਸ਼ਾਹ ਸ਼ਾਹ ਆलम ਸੁਨੇਹਾ ਭੇਜਾਇਆ ਕਿ ਮੈਂ ਤੁਹਾਨੂੰ ਮਿਲਣਾ ਹੈ ਤਾਂ ਬਾਬਾ ਬਘੇਲ ਸਿੰਘ ਕਹਿੰਦੇ ਨੇ ਕਿ ਮੈਂ ਤੈਨੂੰ ਮਿਲ ਹੀ ਨਹੀਂ ਸਕਦਾ ਕਿ ਤੂੰ ਐ ਬਾਦਸ਼ਾ ਤੈਨੂੰ ਮਿਲਣ ਵਾਸਤੇ ਮੈਨੂੰ ਸਿਰ ਝੁਕਾਉਣਾ ਪੈਣਾ ਤੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਸਿਰ ਝੁਕਾ ਹੀ ਨਹੀਂ ਸਕਦੇ ਦੂਸਰੀ ਗੱਲ ਕਿ ਤੇਰੇ ਦਰਬਾਰ ਚ ਤੇਰੇ ਅੱਗੇ ਕੋਈ ਵੀ ਸ਼ਸਤਰ ਲੈ ਕੇ ਨਹੀਂ ਆ ਸਕਦਾ ਤੇ ਅਸੀਂ ਤਾਂ ਸ਼ਸਤਰਾਂ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਤਾਂ ਬਾਦਸ਼ਾ ਸ਼ਾ ਆलम ਕਹਿੰਦਾ ਹੈ ਕਿ ਤੁਸੀਂ ਜਿਵੇਂ ਮਰਜ਼ੀ ਆਓ ਕੋਈ ਗੱਲ ਨਹੀਂ ਹੈ ਪਰ ਤੁਹਾਨੂੰ ਮੈਂ ਮਿਲਣਾ ਜ਼ਰੂਰ ਹੈ ਤਾਂ ਬਾਬਾ ਬਗੇਲ ਸਿੰਘ ਪੂਰੇ ਸ਼ਾਹੀ ਠਾਠ ਬਾਠ ਨਾਲ ਹੱਥ ਉੱਤੇ ਬੈਠ ਕੇ ਪੂਰੇ ਸ਼ਸਤਰ ਸਜਾਏ ਹੋਏ ਰਾਜੇ ਦੇ ਦਰਬਾਰ ਚ ਜਾਂਦੇ ਨੇ ਕਹਿੰਦੇ ਨੇ ਕਿ ਇੱਕ ਦਰਬਾਰੀ ਹਾਥੀ ਦੇ ਅੱਗੇ-ਅੱਗੇ ਚੱਲ ਰਿਹਾ ਸੀ ਤੇ ਉਹ ਬੋਲ ਰਿਹਾ ਸੀਗਾ ਕਿ ਸਾਵਧਾਨ ਖਾਲਸਾ ਜੀ ਉਹ ਆ ਰਹੇ ਨੇ ਸਾਵਧਾਨ ਖਾਲਸਾ ਜੀ ਉਹ ਆ ਰਹੇ ਨੇ ਤੇ ਜਦੋਂ ਬਾਬਾ ਬਘੇਲ ਸਿੰਘ ਜੀ ਫਿਰ ਦਰਬਾਰ ਚ ਜਾਣ ਤੋਂ ਪਹਿਲਾਂ ਹਾਥੀ ਤੋਂ ਉਤਰਦੇ ਨੇ ਤੇ ਘੋੜੇ ਤੇ ਸਵਾਰ ਹੋ ਜਾਂਦੇ ਨੇ ਫਿਰ ਘੋੜੇ ਸਣੇ ਹੀ ਉਹ ਦਰਬਾਰ ਦੇ ਅੰਦਰ ਜਾਂਦੇ ਨੇ ਬਾਬਾ ਬਘੇਲ ਸਿੰਘ ਦਰਬਾਰ ਦੇ ਅੰਦਰ ਜਾਂਦੇ ਨੇ ਤੇ ਬੋਲੇ ਸੋ ਨਿਹਾਲ ਦਾ ਜਕਾਰਾ ਬੁਲਾਉਂਦੇ ਨੇ ਇਤਿਹਾਸ ਚ ਇਹ ਦਰ ਜਾ ਕੇ ਬਾਦਸ਼ਾਹ ਸ਼ਾਹ ਆलम ਨੇ ਆਪਣੇ ਦਰਬਾਰੀਆਂ ਨੂੰ ਜਕਾਰੇ ਦਾ ਜਵਾਬ ਦੇਣ ਲਈ ਕਿਹਾ ਮੁਗਲਾਂ ਦੇ ਦਰਬਾਰ ਚ ਸਿੱਖਾਂ ਦੀ ਫਤਿਹ ਦੇ ਜਕਾਰੇ ਗੂੰਜ ਰਹੇ ਸੀਗੇ ਤੇ ਬਾਦਸ਼ਾਹ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਬਾਬਾ ਬਘੇਲ ਸਿੰਘ ਪੰਜਾਬ ਵਾਪਸ ਆ ਜਾਂਦੇ ਨੇ ਇਹ ਸੀਗਾ ਸਿੱਖਾਂ ਦਾ ਮੁਗਲ ਦਿੱਲੀ ਨੂੰ ਫਤਿਹ ਕਰਨ ਦਾ ਇਤਿਹਾਸ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਸਾਡੀਆਂ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਉਹ ਸਿੱਖ ਇਤਿਹਾਸ ਨਾਲ ਜੁੜ ਸਕਣ ਤੁਸੀਂ ਸਾਨੂੰ ਕਮੈਂਟ ਕਰਕੇ ਇਹ ਵੀ ਦੱਸ ਦਿਆ ਕਰੋ ਕਿ ਤੁਸੀਂ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਸਪੋਰਟ ਕਰਨ ਲਈ ਤੇ ਐਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿੰਘ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਤੁਸੀਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਿੱਖ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਬਗਹਿਲ ਸਿੰਘ ਵੈਸੇ ਤੁਹਾਨੂੰ ਮੈਂ ਸਹੀ ਗੱਲ ਤੋਂ ਯਕੀਨ ਨਹੀਂ ਵੈਸੇ ਹੁੰਦਿਆ ਲੇਕਿਨ ਵੀਡੀਓ ਦੇਖ ਕੇ ਤੇ ਇੱਕ ਜੋਸ਼ ਹੋਣ ਦਿਆ ਸੀਗਾ ਇੱਕ ਜਜ਼ਬਾ ਮਹਿਸੂਸ ਹੋਣ ਦਿਆ ਸੀਗਾ ਦਿੱਲੀ ਦੇ ਉੱਤੇ ਨਿਸ਼ਾਨ ਸਾਹਿਬ ਲਾਇਆ ਸੀਗਾ ਯਕੀਨ ਨਹੀਂ ਹੁੰਦਾ ਵੈਸੇ ਕਿ ਮੁਗਲਾਂ ਦਾ ਦੌਰ ਮੁਗਲਾਂ ਦੀ ਲੱਖਾਂ ਦੀ ਫੌਜ ਵੀ ਲੱਖਾਂ ਦੀ ਫੌਜ ਉਹਨਾਂ ਦੀ ਹਰ ਪਾਸੇ ਉਹਨਾਂ ਦੀ ਹਕੂਮਤ ਵੱਡੇ ਵੱਡੇ ਕਿਲੇ ਹੈ ਵੱਡੇ ਵੱਡੇ ਕਿਲੇ ਬਣਾ ਕੇ ਵੀ ਤੇ ਮਹਿਫੂਜ਼ ਨਹੀਂ ਵੀ ਲਾਲ ਕਿਲਾ ਤੁਸੀਂ ਅੱਜ ਵੀ ਜਾ ਕੇ ਦੇਖੋ ਰੈੱਡ ਜਿਹੜਾ ਲਾਲ ਕਿਲਾ ਵਾ ਅੱਜ ਵੀ ਐਡੀਆਂ-ਐਡੀਆਂ ਐਡੀਆਂ ਮੋਟੀਆਂ ਕੰਧਾਂ ਭਾਵੇਂ ਮੰਜਾ ਢਾ ਕੇ ਸੌਣੋ ਉੱਤੇ ਮਤਲਬ ਕਿ ਐਡੀਆਂ ਐਡਾ ਐਡਾ ਮਜ਼ਬੂਤ ਹੈ ਐਡਾ ਮਜ਼ਬੂਤ ਕਰਕੇ ਲੇਕਿਨ ਫੇਰ ਵੀ ਮਫੂਜ਼ ਨਹੀਂ ਵੈਸੇ ਯਕੀਨ ਨਹੀਂ ਹੁੰਦਾ ਤੁਹਾਨੂੰ ਮੈਂ ਸਹੀ ਗੱਲ ਦੱਸੰਦਿਆ ਫਿਰ ਇੱਕ ਹੋਰ ਗੱਲ ਜਿਹੜੀ ਵਿੱਚ ਉਹਨਾਂ ਨੇ ਵਿੱਚ ਜਿਹੜੀ ਆਪਣਾ ਦੱਸੀ ਹੈ ਕਿ ਮੋਗਲ ਜਿਹੜੇ ਸੀਗੇ ਉਹ ਭੈਣ ਕੋ ਭਰਾ ਆਪਸ ਲੜਦੇ ਸੀ ਤਖਤ ਵਾਸਤੇ ਕਿ ਇਹ ਸਭ ਤੋਂ ਮਹਫੂਜ਼ ਜਗਾ ਹੈ ਇੱਥੇ ਆ ਕੇ ਮੈਂ ਰਵਾਂ ਐਸ ਤਖਤ ਦੇ ਉੱਤੇ ਆ ਕੇ ਮੈਂ ਬਮਾ ਆਪਣੇ ਪਿਓ ਨੂੰ ਮਾਰਦਾ ਆਪਣੇ ਭਰਾ ਨੂੰ ਮਾਰਦਾ ਕਿਸੇ ਕਿਸ ਨੂੰ ਮਾਰਦਾ ਲੇਕਿਨ ਸਿੱਖ ਜਿਹੜੇ ਸਰਦਾਰ ਸੀਗੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਬਾਬਾ ਬਘੇਲ ਸਿੰਘ ਇਹਨਾਂ ਨੇ ਦਿੱਲੀ ਨੂੰ ਜਿੱਤ ਕੇ ਲੱਤ ਮਾਰਦੀ ਪੜ ਗਏ ਰਹਿ ਗਿਆ ਸਾਨੂੰ ਇਦਾਂ ਦੀਆਂ ਅਸੀਂ ਇਦਾਂ ਦੀਆਂ ਮਤਲਬ ਕਿ ਯਾਰ ਵੈਸੇ ਇਹ ਕਿਦਾਂ ਹੋ ਸਕਦਾ ਵੈ ਯਕੀਨ ਨਹੀਂ ਵੈਸੇ ਹੁੰਦਿਆ ਤੈਨੂੰ ਮੈਂ ਸਹੀ ਗੱਲ ਸੁੰਦਿਆ ਸੀ ਅਸਲ ਤੇ ਵਿੱਚ ਉਹਨਾਂ ਦਾ ਮੈਸੇਜ ਇੱਕ ਸੀਗਾ ਉਹਨਾਂ ਦਾ ਪੈਗਾਮ ਇੱਕ ਸੀਗਾ ਕਿ ਜ਼ੁਲਮ ਨਹੀਂ ਹੋਣ ਦੇਣਾ ਆ ਜਿਹੜਾ ਜੋੜਾ ਜੋ ਮਰਜ਼ੀ ਆ ਕੇ ਚਲਾਵੇ ਪਰ ਜ਼ੁਲਮ ਬਰਦਾਸ਼ਤ ਨਹੀਂਗਾ ਅਸਲ ਅਸਲ ਪੈਗਾਮ ਇਹ ਸੀਗਾ ਤੇ ਫਿਰ ਬਾਅਦ ਜਦ ਆਪਾਂ ਵੀਡੀਓ ਵੀ ਦੇਖਿਆ ਕਿ 9 ਮਹੀਨੇ ਉਹਨਾਂ ਨੇ ਹਕੂਮਤ ਕੀਤੀ ਤੇ 9 ਮਹੀਨਿਆਂ ਦੇ ਵਿੱਚ ਉਹਨਾਂ ਨੇ ਅਮਨ ਹੋ ਗਿਆ ਅੱਛਾ ਇਹਨਾਂ ਦੀ ਵੀਡੀਓ ਦੇਖ ਕੇ ਨਾ ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ ਜਦੋਂ ਦੀਪ ਸਿੱਧੂ ਗਿਆ ਸੀਗਾ ਕੇਸਰੀ ਸ਼ਾਨ ਸਾਹਿਬ ਜੀ ਤੋਂ ਲਾਇਆ ਸੀਗਾ ਹੈ ਉਹ ਵੀ ਚੀਜ਼ ਮੈਨੂੰ ਯਾਦ ਆ ਗਈ ਫਿਰ ਉਸ ਤੋਂ ਬਾਅਦ ਇਹ ਚੀਜ਼ ਕਿ ਜਦੋਂ ਕਿਸਾਨ ਉੱਤੇ ਪਹੁੰਚੇ ਸੀਗੇ ਸਿੱਖ ਤੇ ਦਿੱਲੀ ਮਹਫੂਜ਼ ਹੋ ਗਈ ਸੀ ਤਾਨੂੰ ਯਾਦ ਹੈ ਕਿ ਨਹੀਂ ਯਾਦ ਹੈ ਕਿ ਦਿੱਲੀ ਮਹਿਫੂਜ਼ ਹੋ ਗਈ ਸੀ ਉੱਥੇ ਮਤਲਬ ਕਿ ਦਿੱਲੀ ਦੇ ਲੋਕ ਹੁੰਦੇ ਸੀ ਮਜ਼ਦੂਰ ਹੁੰਦੇ ਸੀ ਹੁੰਦੇ ਸੀ ਆ ਕੇ ਆਪਣਾ ਢਿੱਡ ਭਰਦੇ ਸੀ ਇਦਾਂ ਹੀ ਦਿੱਲੀ ਦੇ ਵਿੱਚ ਇਹ ਘੋੜੇ ਬੰਨੇ ਸੀਗੇ ਨਿਹੰਗ ਸਿੰਘਾਂ ਨੇ ਕੋਈ ਕਿਸੇ ਮਤਲਬ ਕਿ ਇਜ਼ਤਾਂ ਮਹਿਫੂਜ਼ ਹੋ ਗਈਆਂ ਸੀ ਉਹ ਹੀ ਚੀਜ਼ ਮਤਲਬ ਕਿ ਇੱਕ ਚੀਜ਼ ਬਾਬਾ ਬਗੇਲ ਸਿੰਘ ਨੇ ਜਿਹੜੀ ਦੁਹرائی ਉਹੀ ਚੀਜ਼ ਨੂੰ ਦੀਪ ਸਿੱਧੂ ਨੇ ਆ ਕੇ ਦਰਾਇਆ ਉਹੀ ਚੀਜ਼ ਨੂੰ ਆ ਕੇ ਉਹ ਕਿਸਾਨਾਂ ਨੇ ਆ ਕੇ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਮਤਲਬ ਕਿ ਦਰਾਇਆ ਫਿਰ ਏਡੀ ਮਜ਼ਬੂਤ ਗਵਰਨਮੈਂਟ ਤੇ ਉਹਨੂੰ ਫੜ ਕੇ ਲੰਮੇ ਪਾਤਾ ਕਿ ਭਾਈ ਸਾਡੀ ਗੱਲ ਮਰਣੀ ਚਾਹੀਦੀ ਹੈ ਇਸ ਤੋਂ ਲਾਵਾ ਹੋਰ ਕੁਝ ਨਹੀਂ ਹੋ ਸਕਦਾ ਤੇ ਉਹ ਤਰੀਖ ਨੂੰ ਦਰਾਇਆ ਮੈਨੂੰ ਇਹ ਇਹਨਾਂ ਦੀ ਵੀਡੀਓ ਦੇਖ ਕੇ ਇੰਜ ਲੱਗਾ ਕਿ ਉਹ ਤਰੀਖ ਨੂੰ ਦੁਹਰਾਇਆ ਵੈ ਤੇ ਬਾਕੀ ਵੀਡੀਓ ਦੀ ਆਪਾਂ ਗੱਲ ਕਰੀਏ ਹਿਸਟਰੀ ਇਹਨਾਂ ਦੀ ਬੜੀ ਅੱਛੀ ਹੁੰਦੀ ਹੈ ਇਹ ਸਿੱਖੀ ਸੁਣੋਂ ਦਾ ਬੜਾ ਅੱਛਾ ਤਰੀਕਾ ਹੈ ਵੀਡੀਓ ਦੇਖ ਕੇ ਤੇ ਜੋਸ਼ ਇੱਕ ਜਜ਼ਬਾ ਮਹਿਸੂਸ ਹੋਣ ਲੱਗ ਪੰਦਾ ਬਾਕੀ ਮੈਨੂੰ ਵੀ ਵੀਡੀਓ ਬੜੀ ਅੱਛੀ ਲੱਗੀ ਹੈ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਤੁਸੀਂ ਕਮੈਂਟ ਬਾਕਸ ਵਿੱਚ لازمی ਦੱਸੋ